ਸਬਸਕ੍ਰਾਈਬ ਕਰੋ ਸਾਡਾ ਆਫੀਸ਼ੀਅਲ YouTube ਚੈਨਲ MH1 ਨਿਊਜ਼ ਅਤੇ ਬੈਲ ਆਈਕਨ ਦਬ ਕਰ ਸਾਡੀਆਂ ਸਾਰੀਆਂ ਨਵੀਆਂ ਨੋਟੀਫਿਕੇਸ਼ਨ ਪਾਓ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਬੋਲਦਿਆਂ ਜਾਣਕਾਰੀ ਦਿੱਤੀ ਕਿ ਇਰਾਕ ਦੇ ਮੋਸੂਲ ਵਿੱਚ ਫਸੇ 39 ਭਾਰਤੀ ਮਾਰੇ ਗਏ ਹਨ। ਇਹਨਾਂ ਵਿੱਚ 27 ਲੋਕ ਪੰਜਾਬ ਦੇ ਹਨ। ਇਸ 'ਤੇ ਪੇਸ਼ ਹੈ ਸਾਡੀ ਇਹ ਰਿਪੋਰਟ। ਰਾਜ ਸਭਾ ਦੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ ਦੇ ਵਿੱਚ ਲਾਪਤਾ ਭਾਰਤੀਆਂ ਦੇ ਮੁੱਦੇ ਤੇ ਬਿਆਨ ਦਿੰਦੇ ਹੋਏ ਕਿਹਾ ਕਿ ਸਾਰੇ 39 ਭਾਰਤੀਏ ਮਾਰ ਦਿੱਤੇ ਗਏ ਹਨ। ਸੁਸ਼ਮਾ ਨੇ ਕਿਹਾ ਕਿ ISIS ਨੇ ਸਾਰੇ ਭਾਰਤੀਆਂ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ਦੇ ਡੈੱਡ ਬਾਡੀਜ਼ ਨੂੰ ਬਗਦਾਦ ਭੇਜ ਦਿੱਤਾ ਗਿਆ। DNA ਸੈਂਪਲ ਦੇ ਜ਼ਰੀਏ ਸਾਰੀ ਡੈੱਡ ਬਾਡੀਜ਼ ਦੀ ਜਾਂਚ ਕਰਵਾਈ ਗਈ। ਉਹਨਾਂ ਨੇ ਸੰਸਦ ਨੂੰ ਦੱਸਿਆ ਕਿ ਡੈੱਡ ਬਾਡੀਜ਼ ਨੂੰ ਸੂਬਾ ਸਰਕਾਰ ਨੂੰ ਸੌਂਪਿਆ ਜਾਵੇਗਾ ਤੇ ਸਾਰੇ ਮਾਰੇ ਗਏ ਭਾਰਤੀਆਂ ਦੇ ਡੈੱਡ ਬਾਡੀਜ਼ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਸੁਸ਼ਮਾ ਨੇ ਦੱਸਿਆ ਕਿ ਹਰਜੀਤ ਮਸੀਹ ਦੀ ਕਹਾਣੀ ਝੂਠੀ ਸੀਗੀ, ਉਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਸੀਗੀ। ਸੁਸ਼ਮਾ ਨੇ ਦੱਸਿਆ ਕਿ ਜਨਰਲ VK ਸਿੰਘ ਉੱਥੇ ਗਏ ਸੀਗੇ ਅਤੇ ਸਬੂਤਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਹਾੜ ਦੀ ਖੁਦਾਈ ਤੱਕ ਕਰਵਾਈ ਗਈ ਸੀ ਜਿੱਥੇ ਡੈੱਡ ਬਾਡੀਜ਼ ਨੂੰ ਕੱਢਿਆ ਗਿਆ ਸੀਗਾ। ਅੱਜ ਮੈਂ ਆਪਣੀ ਵਹੀ ਵਚਨ ਪੂਰਤੀ ਕਰਨੇ ਕੇ ਲਈ ਆਈ ਹੂੰ। ਆਜ ਮੇਰੇ ਪਾਸ ਦੋਨੋਂ ਬਾਤੋਂ ਕੇ ਪੱਕੇ ਸਬੂਤ ਹੈ। ਪਹਿਲਾ ਕਿ ਹਰਜੀਤ ਮਸੀਹ ਕੀ ਕਹਾਣੀ ਸੱਚੀ ਨਹੀਂ ਥੀ, ਔਰ ਦੂਸਰਾ ਭਾਰੀ ਮਨ ਸੇ ਕਹਿ ਰਹੀ ਹੂੰ, ਵੋ ਲੋਗ ਮਾਰ ਦਿਏ ਗਏ। ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ VK ਸਿੰਘ ਖੁਦ ਇਰਾਕ ਗਏ ਸੀਗੇ ਅਤੇ ਇਸ ਪੂਰੇ ਮਸਲੇ ਤੇ ਉਹਨਾਂ ਨੇ ਇਰਾਕ ਦੇ ਵਿੱਚ ਭਾਰਤ ਦੇ ਰਾਜਦੂਤ ਨਾਲ ਗੱਲਬਾਤ ਵੀ ਕੀਤੀ ਸੀਗੀ ਅਤੇ ਭਾਰਤੀਆਂ ਨੂੰ ਲੱਭਣ ਦੀ ਜਾਣਕਾਰੀ ਵੀ ਹਾਸਿਲ ਕੀਤੀ ਸੀਗੀ। ਅਲੱਗ ਅਲੱਗ ਤਰ੍ਹਾਂ ਸੇ ਅਲੱਗ ਅਲੱਗ ਜਗ੍ਹਾ ਸੇ ਖਬਰ ਆਈ ਥੀ, ਤਿੰਨ ਵਾਰ ਜਾ ਕਰ ਉਸਕੋ ਪੁਸ਼ਟੀ ਕਰਨੇ ਕਾ ਪ੍ਰਯਤਨ ਕੀਆ ਗਿਆ, ਕੋਸ਼ਿਸ਼ ਕੀ ਗਈ ਅਲੱਗ ਅਲੱਗ ਸੁਰਾਗੋ ਕੋ ਲੇਕਰ ਪਤਾ ਲਗਾਨੇ ਕਾ ਕਿ ਕਹਾਂ ਪਰ ਕਿਆ ਹੈ ਕਿਆ ਨਹੀਂ ਹੈ, ਔਰ ਉਸ ਸਿਲਸਿਲੇ ਕੇ ਅੰਦਰ ਕੁਛ ਆਸ਼ਾ ਹੋਈ ਕਿ ਕਹੀਂ ਪਰ ਕੁਛ ਹੋ ਸਕਤਾ ਹੈ, ਉਹ ਵਿਦੇਸ਼ ਮੰਤਰੀ ਜੀ ਨੇ ਬਤਾਇਆ, ਔਰ ਉਸਕੇ ਬਾਅਦ DNA ਮੈਚਿੰਗ ਸ਼ੁਰੂ ਹੋਈ। ਹੋ ਸਕਤਾ DNA ਮੈਚ ਨਾ ਕਰਤਾ ਤੋ ਆਜ ਵੀ ਹਮ ਆਪਕੋ ਨਹੀਂ ਬਤਾ ਸਕਤੇ ਥੇ, ਕਿਉਂਕਿ ਸੁਸ਼ਮਾ ਜੀ ਨੇ ਇੱਕ ਬਿਆਨ ਦਿਆ ਥਾ ਸਦਨ ਕੇ ਅੰਦਰ ਕਿ ਜਿਸ ਦਿਨ ਕੋਈ ਠੋਸ ਸਬੂਤ ਮਿਲ ਜਾਏ ਜੀਵਿਤ ਹੋਣੇ ਕਾ ਮ੍ਰਿਤ ਹੋਣੇ ਕਾ, ਉਹ ਸਦਨ ਕੇ ਅੰਦਰ ਬਤਾਏਗੇ। ਅੱਜ ਉਹਨਾਂ ਨੇ ਬਤਾ ਦਿੱਤਾ, ਕਿਉਂਕਿ ਆਜ ਹਮਾਰੇ ਪਾਸ 38 ਲੋਕੋ ਕੇ DNA ਮੈਚ ਹੋ ਗਏ, ਤੋ ਇਸ ਬੜੀ ਔਰ ਕੋਈ ਚੀਜ਼ ਨਹੀਂ ਹੋ ਸਕਤੀ। ਅਬ ਵਹਾਂ ਪਰ ਕਾਨੂੰਨੀ ਪ੍ਰਤੀਕਿਰਿਆ ਚਲੇਗੀ, ਕਾਨੂੰਨ ਕੇ ਹਿਸਾਬ ਸੇ ਜੋ ਵੀ ਵਹਾਂ ਸੇ ਆਦੇਸ਼ ਮਿਲਤੇ ਹੈ ਉਸਕੇ ਹਿਸਾਬ ਸੇ ਹਮ ਲੋਗ ਉਸਕਾ ਇੰਤਜ਼ਾਰ ਕਰ ਰਹੇ ਹੈ। ਹੋ ਸਕਤਾ ਇਸਮੇਂ 8-10 ਦਿਨ ਲਗੇ, ਜਬ ਯੇ ਪੂਰੀ ਹੋ ਜਾਏਗੀ ਪ੍ਰਤੀਕਿਰਿਆ ਤਬ ਜਾ ਕਰ ਉਨਕੋ ਲੇਕਰ ਆਏ। ਅਤੇ ਉੱਧਰ ਇਰਾਕ ਦੇ ਵਿੱਚ ਮਾਸੂਲ ਦੇ ਵਿੱਚ ਲਾਪਤਾ ਹੋਏ 39 ਭਾਰਤੀਆਂ ਦੀ ਮੌਤ ਦੀ ਜਾਣਕਾਰੀ ਦਿੰਦੇ ਹੋਏ ਸੁਸ਼ਮਾ ਸਵਰਾਜ ਨੇ ਬਿਆਨ ਦਿੱਤਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਦੱਸਿਆ ਕਿ 39 ਭਾਰਤੀਆਂ ਦੇ ਵਿੱਚ 31 ਪੰਜਾਬ ਦੇ ਰਹਿਣ ਵਾਲੇ ਸਨ। ਇਹ ਤਾਂ ਸਾਨੂੰ ਪਹਿਲਾਂ ਤੋਂ ਹੀ ਪਤਾ ਸੀ, ਈਵਨ ਦੋ ਦੇ ਵਰ ਟਰਾਇੰਗ ਮੇਕਿੰਗ ਐਫਰਟਸ ਟੂ ਫਾਈਂਡ ਦਮ, ਬਟ ਜੋ ਇੰਡੀਕੇਸ਼ਨ ਉੱਥੋਂ ਆ ਰਹੀਆਂ ਸੀ ਔਰ ਜਿਹੜੇ ਬੰਦੇ ਆ ਕੇ ਦੱਸ ਰਹੇ ਸੀ, ਉਹਨਾਂ ਨੇ ਇਹ ਦੱਸਿਆ ਸੀ ਕਿ ਉਹ ਖਤਮ ਹੋ ਗਏ, ਉਹਨਾਂ ਨੂੰ ਇਰਾਕੀ ਉਹਨਾਂ ਨੇ ਮਾਰਤਾ ਸੀ। ਤੇ ਉਧਰ ਕਾਂਗਰਸ ਦੇ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ 39 ਭਾਰਤੀਆਂ ਦੇ ਮਾਰੇ ਜਾਣ ਦੀ ਖਬਰ ਤੇ ਆਪਣਾ ਅਫਸੋਸ ਜਤਾਇਆ ਤੇ ਉਹਨਾਂ ਨੇ ਵੀ ਕਈ ਵਾਰ ਰਾਜ ਸਭਾ ਦੇ ਵਿੱਚ ਲਾਪਤਾ 39 ਭਾਰਤੀਆਂ ਦਾ ਮੁੱਦਾ ਵੀ ਸਰਗਰਮੀ ਨਾਲ ਉਠਾਇਆ। देखो ऐसा है, सबसे पहले तो मैं मुझे बहुत इस बात का अफसोस हुआ है, हमारे बच्चे जो हैं वो नहीं रहे और हमारा ये पहले से ही मानना, मगर आज तकरीबन 7-8 महीने के बाद शी हैज कम टू दैट वेरी पोजीशन, आज उन्होंने ये बात कही और मुझे इस बात का भी अफसोस है कि चेयरमैन साहब, हमारे वाइस प्रेसिडेंट, ऑनरेबल वाइस प्रेसिडेंट ऑफ इंडिया, हु इज द चेयरमैन ऑफ द राज्यसभा, शुड हैव अलाउड मी also to be there were certain things humne bhi afsos hi karna, nobody wants to do rajneeti, ye baat rajneeti ki nahi, afsos ki baat hai, aur main demand karunga ki ab jab aapne ye accept kar liya, unki bodies ko aap lekar aa rahe ho, Punjab par bhi lekar jaoge, Himachal aur Bihar aur jahan ke bhi naujawan bacche the, main unki financial compensation ki baat karta hu ki government must compensate them because they have undergone bahut mushkil halaat, unhone kai saalon se guzare hain, gareeb parivar hai, unki madad ki। ਇੱਧਰ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਰਾਕ ਦੇ ਵਿੱਚ ਲਾਪਤਾ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਇਰਾਕ ਮੈਂ ਉਸ ਤੋਂ ਪਹਿਲੇ ਲਗਾਤਾਰ ਸਰਕਾਰ ਕੀ ਤਰਫ ਸੇ ਸਭ ਭਾਰਤੀਓ ਨਾਗਰਿਕੋ ਕੋ ਕਹਾ ਗਿਆ ਥਾ ਕਿ ਆਪ ਵਹਾਂ ਸੇ ਖਾਲੀ ਕਰਕੇ ਆਪ ਛੋੜ ਦੇ, ਲੇਕਿਨ ਇਹ ਕੁਛ ਵਹਾਂ ਪੇ ਜੋ 40 ਹਮਾਰੇ ਲੋਕ ਕਾਮ ਕਰ ਰਹੇ ਥੇ ਕੰਸਟਰਕਸ਼ਨ ਕੰਪਨੀ ਮੇਂ, ਵੋ ਵਹਾਂ ਸੇ ਨਹੀਂ ਨਿਕਲੇ, और एक आदमी जो वहां से भाग आया था उसने
आके यहाँ पे कुछ बातें कही कि वो सारे मारे गए हैं, लेकिन लगातार हमें और सरकार को, सुषमा जी को, सबको लगा कि जब तक कोई ठोस सबूत नहीं होता कि ऐसे 39 लोग के 38-39 लोगों की हत्या हो गई है, तो केस को ऐसे ही क्लोज कर दिया जाए। जो एक भी जिंदा है वो किसी माँ बाप का बेटा है और उसको ढूंढना हमारा फर्ज बनता है। तो मैं सुषमा जी का शुक्राना करती हूँ कि जितना प्रेशर आया था कि आप डिक्लेयर करिए कि सब मारे गए हैं, वो बोल रहा है, पर उन्होंने इस लड़ाई को अपने पारिवारिक मेंबर के लिए खोद सांच के ऐसे लड़ाई लड़ी, जहाँ भी विदेश जाती थी, जो भी वहाँ से वो मदद ले सकती थी, दूसरे देशों से मदद लेके उन्होंने खोज जारी रखी, क्योंकि उन्होंने कहा था जब तक मेरे पास सबूत नहीं है मैं एक को भी डिक्लेयर डेड नहीं कर सकती, क्योंकि मेरी आत्मा नहीं माने। तुहानू दस दिए कि इराक दे विच ISIS दे अतवादियां ने मौसूल दे कारखाने दे विच कम करन वाले 39 भारतीयां दा अपहरण कर लिया सी। उस तो बाद ही भारतीयां दी तलाश बदस्तूर जारी सी। इन्हां लोकां ने जीवित रहण दे लई वख-वख तरीके दे कयास कीते सी, ते उधर सरकार ने भी कहा सी कि लापता सारे 39 भारती जीवित हन, लेकिन लंबी तलाश तो बाद सुषमा स्वराज ने इस दी पुष्टि कीती कि ओह इस दुनिया दे विच हुण नहीं रहे। उस उम्मीद दे टुटन दे हन जड़े पिछले 4 सालां तों अपनियां दे वापसी परतन दी राह वेख रहे सन। एह दर्द उन्हां परिवारां दा है जिन्हां दे अपने कदी वापसी मुड़ के नहीं आउणगे। विदेश मंत्री सुषमा स्वराज दे इराक दे मौसुल विच लापता उन्हां 39 भारतीयां दी मौत दी पुष्टि तों बाद इन्हां परिवारां दीआं सारीआं उम्मीदां खत्म हो गईआं हन। सुषमा स्वराज दे बयान दे बाद इन्हां परिवारां विच मातम छा गया है। अखां विचों हंझू रुकण दा नां नहीं लै रहे। ओह दर्द जो पिछले 4 सालां तों इन्हां दीआं अखां तों वह रिहा सी, अज ओह दरिया बण गया है। 4 साल पहला इन्हां 39 भारतीयां दे लापता होने तो बाद उन्हां दी मौत नाल जुड़ियां कई खबरां आउंदियां रहियां, पर परिवार नूं हमेशा उन्हां दे वापसी परतन दी उम्मीद सी। उन्हां दी इस उम्मीद नूं विदेश मंत्री सुषमा स्वराज ने जगा के रखिया। इन्हां विच 27 पंजाब दे रहण वाले सन। हुशियारपुर दा रहण वाला कमलजीत सिंह भी इन्हां लापता भारतीयां विच शामिल सी, जो नौकरी दी भाल च इराक गया सी। हुण उसदी मौत दी खबर तो बाद उसदी मां दे हंजू रुकण दा नां नहीं लै रहे। गुरदासपुर दे इस परिवार दे भी हंजू उन्हां दी उम्मीद टुटण दा दर्द बयां कर रहे हन। तलवंडी दे रहण वाले धर्मिंदर कुमार भी उन्हां 39 लापता भारती विच शामिल सन जिन्हां दी मौत दी खबर आई है। धर्मिंदर दे परिवार दी नाराजगी सरकार